ਕੇਰਲਾ ਵਿਖੇ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਜਿਸ ਦੀਆਂ ਤਸਵੀਰਾਂ ਦੇਖਦੇ ਹੀ ਤੁਹਾਡੀ ਰੂਹ ਕੰਬ ਜਾਵੇਗੀ। ਕੇਰਲਾ ਦੇ ਵਾਇਨਾਟ ਵਿਖੇ ਕੁਦਰਤ ਨੇ ਇਸ ਤਰ੍ਹਾਂ ਦਾ ਭਿਆਨਕ ਰੂਪ ਦਿਖਾਇਆ ਕਿ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਇਹ ਦੋ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, ਇੱਕ ਪਾਸੇ ਤਾਂ ਵਾਇਨਾਟ ਦੇ ਲੈਂਡਸਲਾਈਡ ਦੀ ਹੈ ਜਿੱਥੇ ਕਿ ਕੁਦਰਤ ਨੇ ਆਪਣਾ ਭਿਆਨਕ ਰੂਪ ਦਿਖਾਇਆ, ਦੂਸਰੇ ਪਾਸੇ ਉਹ ਫੋਟੋ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲਾਸ਼ਾਂ ਨੂੰ ਦਫਨਾਇਆ ਜਾ ਰਿਹਾ ਹੈ। ਪਰ ਇਸ ਲੈਂਡਸਲਾਈਡ ਵਿੱਚ ਮਿਲੀਆਂ ਲਾਸ਼ਾਂ ਦੇ ਕਿਸੇ ਦੇ ਸਿਰ, ਕਿਸੇ ਦੇ ਹੱਥ, ਕਿਸੇ ਦੇ ਧੜ ਤੇ ਕਿਸੇ ਦੇ ਪੈਰ ਹੀ ਬਰਾਮਦ ਹੋਏ ਅਤੇ ਉਸੇ ਤਰ੍ਹਾਂ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਘੱਟੋ ਘੱਟ 10 ਘੰਟੇ ਤੱਕ ਲਾਸ਼ਾਂ ਨੂੰ ਦਫਨਾਉਣ ਦੀ ਪ੍ਰਕਿਰਿਆ ਜਾਰੀ ਰਹੀ। ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ 350 ਲੋਕ ਲਾਪਤ ਦੱਸੇ ਜਾ ਰਹੇ ਨੇ, ਜਿਨ੍ਹਾਂ ਵਿੱਚੋਂ 150 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜਿਨ੍ਹਾਂ ਦਾ ਅੰਤਿਮ ਸੰਸਕਾਰ ਕਰਕੇ ਉਹਨਾਂ ਨੂੰ ਦਫਨਾ ਦਿੱਤਾ ਗਿਆ। ਬਾਕੀ ਦੇ 200 ਲੋਕਾਂ ਦੀ ਹਜੇ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਭਾਲ ਹਾਈਟੈਕ ਰੈਸਕਿਊ ਟੀਮ ਦੁਆਰਾ ਜਾਰੀ ਹੈ।